ਹਾਂਜੀ, ਜਿਵੇਂ ਤੁਸੀਂ ਜਾਣਦੇ ਹੈਗੇ ਆ, 8 ਜੁਲਾਈ ਨੂੰ ਇੱਕ ਗਲੋਬਲ ਇਮੀਗ੍ਰੇਸ਼ਨ ਸੈਂਟਰ ਹੈਗੀ ਸਿਟੀ ਪੁਲਿਸ ਸਟੇਸ਼ਨ ਦੇ ਹੱਦ ਦੇ ਵਿੱਚ ਜੋ ਆਉਂਦਾ, ਉੱਥੇ ਇੱਕ ਸ਼ਾਮੀ ਵਾਰਦਾਤ ਹੋਈ ਸੀਗੀ ਕਿ 2 ਨਕਾਬਪੋਸ਼ ਜੋ ਵਿਅਕਤੀ ਉਹ ਆਉਂਦੇ ਨੇ ਔਰ ਉਹਨਾਂ ਦੇ ਇੱਕ ਕਾਂਜ ਦੇ ਦੇ ਵਿੱਚ ਬੂਹੇ ਦੇ ਉੱਤੇ ਉਹਨੇ ਗੋਲੀ ਮਾਰ ਕੇ ਫਿਰ ਉੱਥੋਂ ਦੀ ਭੱਜ ਜਾਂਦੇ ਹੈਗੇ। ਤੋ ਇਹਦੇ ਵਿੱਚ ਕਾਰਨ ਵੀ ਨਹੀਂ ਪਤਾ ਸੀਗਾ ਇਨੀਸ਼ੀਅਲੀ, ਔਰ ਨਾ ਹੀ ਓਨਰ ਨੂੰ ਪਤਾ ਸੀ ਕਿ ਕਿਉਂ ਹੋਇਆ ਕੀ ਹੋਇਆ। ਬਟ ਦੈਨ ਟੈਕਨੀਕਲ ਇਹਦੇ 'ਤੇ ਕੰਮ ਕਰਦੇ ਹੋਏ, ਟੈਕਨੀਕਲ ਇਨਪੁੱਟ 'ਤੇ ਔਰ ਨਾਲੇ ਜੋ ਹੈਗਾ ਹਿਊਮਨ ਇੰਟੈਲੀਜੈਂਸ 'ਤੇ ਕੰਮ ਕਰਦੇ ਹੋਏ, ਜੋ ਆਪਣੇ ਪੁਲਿਸ ਸਟੇਸ਼ਨ ਸਿਟੀ ਦਾ ਟੀਮ ਹੈਗਾ ਔਰ CIA ਦੇ ਟੀਮ ਨੇ, ਉਹਨੇ ਹਫ਼ਤੇ ਦੇ ਅੰਦਰ ਹੀ, ਇੱਕ ਹਫ਼ਤੇ ਦੇ ਅੰਦਰ ਹੀ ਇਹਦੇ 'ਚ ਜੋ 3 ਅਕਿਊਜ਼ਡ ਨੂੰ ਅਰੈਸਟ ਕੀਤੀ ਹੈਗੇ ਆ, ਉਹਨਾਂ ਦਾ ਨਾਂ ਹੈਗੇ ਇੱਕ ਮਹਿਕਦੀਪ ਸਿੰਘ ਔਰ ਜੋ ਜਗਦੀਸ਼ ਸਿੰਘ, ਇਹ ਦੋਵਾਂ ਨੇ ਹੀ ਹਰੀਕੇ ਪਿੰਡ ਦੇ ਹੈਗੇ ਆ, ਜ਼ਿਲ੍ਹਾ ਤਰਨ ਤਾਰਨ ਦੇ, ਔਰ ਉਹਦੇ ਨਾਲ ਉਹਨਾਂ ਦਾ ਇੱਕ ਸਾਥੀ ਸੀਗਾ ਪਾਰਸ, ਉਹ ਹੈਗਾ ਅੰਮ੍ਰਿਤਸਰ ਦੇ ਰਹਿਣ ਵਾਲਾ। ਇਹ ਤਿੰਨੋਂ ਹੀ ਹੈ ਉਹ ਆਈਲੈਟਸ ਪੜ੍ਹਦੇ ਸੀ ਅੰਮ੍ਰਿਤਸਰ, ਔਰ ਤਿੰਨੋਂ +2 ਦੀ ਪੜ੍ਹੇ ਹੋਏ ਨੇ, ਔਰ ਜੋ ਹੈਗਾ 22-23 ਸਾਲ ਇਹਨਾਂ ਦੀ ਉਮਰ ਹੈਗੀ। ਤੋ ਇਹਨੇ 8 ਤਰੀਕ ਨੂੰ ਆਏ ਸੀਗੇ, ਆ ਕੇ ਇੱਕ ਇਹਨਾਂ ਦਾ ਕਾਮਨ ਦੋਸਤ ਹੈਗਾ ਉਹ ਬਾਹਰ ਬੈਠਾ ਹੋਇਆ, ਉਹਨਾਂ ਦੇ ਕਹਿਣ 'ਤੇ ਇਹਨੇ ਇਹਨਾਂ ਨੂੰ ਲਾਲਚ ਦਿੱਤਾ ਗਿਆ ਕਿ 10,000 ਦਾ, ਉਹਨਾਂ ਦੇ ਕਹਿਣ 'ਤੇ ਇਹਨੇ ਫਿਰ ਅੱਗੇ ਇੱਥੇ ਗੋਲੀ ਮਾਰ ਕੇ ਫਿਰ ਇੱਥੋਂ ਦੀ ਚਲ ਗਏ ਸੀ। ਉਸ ਤੋਂ ਬਾਅਦ ਜੋ ਆਪਣੀ ਹਿਊਮਨ ਇੰਟੈਲੀਜੈਂਸ ਦੇ ਉੱਤੇ ਔਰ ਫਿਰ ਟੈਕਨੀਕਲ ਦੇ ਅਨਾਲਿਸਿਸ ਦੇ ਬੇਸਿਸ 'ਤੇ ਮਹਿਕਦੀਪ ਨੂੰ ਅਰੈਸਟ ਕੀਤਾ ਗਿਆ ਇੱਥੇ ਆਪਣੇ ਪੁਲਿਸ ਸਟੇਸ਼ਨ ਸਿਵਲ ਲਾਈਨ ਦੇ ਹੱਦ ਤੋਂ, ਔਰ ਉਸ ਤੋਂ ਬਾਅਦ ਜੋ ਜਗਦੀਸ਼ ਔਰ ਪਾਰਸ ਹੈਗੇ ਉਹਨਾਂ ਨੂੰ ਜੋ ਓਲਡ ਬਾਈਪਾਸ ਹੈ ਵਹਾਂ ਸੇ ਅਰੈਸਟ ਕੀਤਾ ਗਿਆ, ਔਰ ਉਹਨਾਂ ਵੱਲੋਂ 2 ਗੱਡੀਆਂ ਜੋ ਵਾਰਦਾਤ ਦੇ ਵਿੱਚ ਯੂਜ਼ ਹੋਏ ਸੀਗੇ, ਇੱਕ ਸਕੋਡਾ ਔਰ ਇੱਕ ਸਵਿਫਟ, 2 ਗੱਡੀਆਂ ਬਰਾਮਦ ਕੀਤੀ ਗਈ ਹੈਗੀ। ਨਾਲੇ ਜੋ ਪਿਸਟਲ ਜੋ ਯੂਜ਼ ਹੋਇਆ ਸੀਗਾ, ਵਰਤੇ ਗਏ ਸੀਗੇ ਗੋਲੀ ਮਾਰਨ ਨੂੰ, ਉਹ ਵੀ ਜੋ ਹੈਗਾ ਬਰਾਮਦ ਹੋਈ ਹੋਈ ਹੈ ਜੀ। ਥੈਂਕ ਯੂ। ਇਹਦੇ ਵਿੱਚ ਇਹ ਜੋ 3 ਜਿਨਕੀ ਅਰੈਸਟ ਹੋਈ ਹੈ, 3 ਅਕਿਊਜ਼ ਜੋ ਅਰੈਸਟ ਹੋਏ ਹੈ, ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹਨਾਂ ਨੂੰ ਇਹੀ ਦੱਸਿਆ ਗਿਆ ਸੀਗਾ ਕਿ ਮੇਰਾ ਨਿੱਜੀ ਰੰਜਿਸ਼ ਹੈਗੀ, ਜੋ ਇਹ ਕੰਪਨੀ ਹੈਗੇ ਆ ਇਹਦੇ ਇਹਨਾਂ ਦੇ ਨਾਲ ਮੇਰੀ ਨਿੱਜੀ ਰੰਜਿਸ਼ ਹੈ, ਤੋ ਤੁਸੀਂ ਜਾ ਕੇ ਉੱਥੇ ਇੱਦਾਂ ਗੋਲੀ ਚਲਾਉਣੀ ਹੈਗੀ ਹੈ। ਹੁਣ ਤੱਕ ਤਾਂ ਆ ਗੱਲ ਸਾਹਮਣੇ ਆਈ ਹੈ, ਲੇਕਿਨ ਅਭੀ ਹਮਾਰੀ ਜੋ ਪ੍ਰਿਲਿਮਨਰੀ ਇਨਵੈਸਟੀਗੇਸ਼ਨ ਹੈਗਾ ਉਹਦੇ ਵਿੱਚ ਇਹਨੇ ਸ਼ਾਇਦ ਪੈਸੇ ਦੀ ਡਿਮਾਂਡ ਕੀਤੀ ਸੀਗੀ, ਇਹਨਾਂ ਜੋ ਓਨਰ ਹੈਗੇ ਉਹਨਾਂ ਵੱਲੋਂ ਪੈਸੇ ਦੀ ਡਿਮਾਂਡ ਕੀਤੀ ਸੀਗੀ, ਲੇਕਿਨ ਕਿੰਨਾ ਪੈਸੇ ਹੈਗੇ ਆ ਕੀ ਉਹ ਸਾਰੇ ਹਲੇ ਜੋ ਇਨਵੈਸਟੀਗੇਸ਼ਨ ਦੀ ਫਰਦਰ ਇਨਵੈਸਟੀਗੇਸ਼ਨ ਦੀ ਹੈਗੀ। ਨਹੀਂ ਜੀ, ਇਹ ਗੈਰ ਲਾਇਸੈਂਸੀ ਹੈਗੀ, ਨਜਾਇਜ਼ ਅਸਲਾ। ਹਾਂਜੀ, ਹਾਲੇ ਤੱਕ ਇੱਕ ਜੋ ਹਥਿਆਰ ਹੈ ਉਹ ਬਰਾਮਦ ਹੋਈ, ਇਹਨਾਂ ਦੇ ਕੋਲ ਇੱਕੋ ਹੀ ਸੀਗਾ। ਹੁਣ ਤੱਕ ਦੀ ਜੋ ਵਾਰਦਾਤ ਦੇ ਵਿੱਚ ਵੀ ਵਿਖਿਆ ਔਰ ਜੋ ਉਹਨਾਂ ਦੀ ਪੁੱਛਗਿੱਛ ਤੇ ਵੀ ਜੋ ਆਈ ਹੋਈ ਹੈ, ਉਹ ਇੱਕ ਅਸਲਾ ਇਹਨਾਂ ਕੋਲ ਸੀਗਾ। ਇਹ ਤੋਂ ਪਹਿਲੇ ਵਾਲੀ ਜੋ ਹਲੇ ਕੋਈ ਪਰਚਾ ਨਹੀਂ ਇਹਦੇ ਤੇ ਆਈ ਹੋਈ ਹੈ ਹਲੇ ਤੱਕ, ਔਰ ਨਾ ਹੀ ਕ੍ਰਿਮੀਨਲ ਬੈਕਗ੍ਰਾਉਂਡ ਜੋ ਹੈਗਾ ਇਹਨਾਂ ਦਾ ਸਾਹਮਣੇ ਨਹੀਂ ਆਈ ਹੁਣ ਤੱਕ। ਰਾਈਟ, ਥੈਂਕ ਯੂ।